ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਸਕਿਨ ਐਂਟਰਟੇਨਮੈਂਟ ਚੈਨਲ ਤੇ ਮੈਂ ਹਾਂ ਤੁਹਾਡੀ ਹੋਸਟ ਸੋਨੀਆ ਰਾਜਪੂਤ ਆਓ ਪਹਿਲਾਂ ਸੁਣਦੇ ਹਾਂ ਅਰਵਿੰਦਰ ਪੱਟੀ ਹੋਰਾ ਕੋਲੋਂ ਫਿਲਮੀ ਖਬਰਾਂ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਸਕਰੀਨ ਐਂਟਰਟੇਨਮੈਂਟ ਦੇ ਸੰਡੇ ਸਪੈਸ਼ਲ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਅਰਵਿੰਦਰ ਸਿੰਘ ਪੱਟੀ ਪੇਸ਼ ਹਨ ਇਸ ਹਫਤੇ ਦੀਆਂ ਚੋਣਵੀਆਂ ਫਿਲਮੀ ਖਬਰਾਂ ਬੀਤੇ ਵੀਰਵਾਰ ਨੂੰ ਪਟਿਆਲਾ ਦੀ ਇੱਕ ਅਦਾਲਤ ਵੱਲੋਂ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ 2003 ਦੇ ਕਬੂਤਰਬਾਜ਼ੀ ਮਾਮਲੇ ਵਿੱਚ 2 ਸਾਲ ਦੀ ਸਜ਼ਾ ਸੁਣਾਏ ਜਾਣ ਉਪਰੰਤ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਅਦਾਲਤ ਨੇ ਗਾਇਕ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰਦਿਆਂ 2003 ਦੇ ਇੱਕ ਗੈਰ ਕਾਨੂੰਨੀ ਇਮੀਗ੍ਰੇਸ਼ਨ ਰੈਕਟ ਮਾਮਲੇ 'ਚ ਦਲੇਰ ਮਹਿੰਦੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ 15 ਸਾਲਾਂ ਬਾਅਦ ਹੋਏ ਇਸ ਕੇਸ ਦੇ ਫੈਸਲੇ ਦਾ ਹੁਕਮ ਪਟਿਆਲਾ ਦੇ ਵਧੀਕ ਸੈਸ਼ਨ ਜੱਜ HS ਗਰੇਵਾਲ ਵੱਲੋਂ ਸੁਣਾਇਆ ਗਿਆ ਬੀਤੇ ਦਿਨੀ ਪੰਜਾਬੀ ਫਿਲਮ ਤੇ ਟੀਵੀ ਆਰਟਿਸਟ ਐਸੋਸੀਏਸ਼ਨ ਪਫਟਾ ਵੱਲੋਂ ਮੋਹਾਲੀ ਦੇ ਇੱਕ ਕਾਲਜ ਵਿੱਚ ਪੰਜਾਬੀ ਕਲਾਕਾਰਾਂ ਦੇ ਸੱਦੇ ਗਏ ਇਜਲਾਸ ਦੌਰਾਨ ਆਪਣੀ ਨਵੀਂ ਕਮੇਟੀ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਫਿਲਮ ਤੇ ਸੰਗੀਤ ਜਗਤ ਨਾਲ ਜੁੜੀਆਂ ਵੱਖ-ਵੱਖ ਕਲਾਕਾਰ ਸ਼ਖਸੀਅਤਾਂ ਤੋਂ ਇਲਾਵਾ ਇਸ ਖੇਤਰ ਨਾਲ ਸੰਬੰਧਿਤ ਹੋਰ ਵਿਅਕਤੀਆਂ ਨੇ ਵੀ ਭਾਗ ਲਿਆ ਪਫਟਾ ਦੀ ਨਵੀਂ ਬਣੀ ਕਮੇਟੀ ਅਨੁਸਾਰ ਹੁਣ ਗੁਰਪ੍ਰੀਤ ਘੁੱਗੀ ਦੀ ਥਾਂ ਤੇ ਕਰਮਜੀਤ ਸਿੰਘ ਅਨਮੋਲ ਇਸ ਦੇ ਪ੍ਰਧਾਨ ਹੋਣਗੇ ਬਾਕੀ ਅਹੁਦੇਦਾਰਾਂ 'ਚ ਗੁੱਗੂ ਗਿੱਲ ਨੂੰ ਚੇਅਰਮੈਨ ਨਿਰਮਲ ਰਿਸ਼ੀ ਨੂੰ ਸਰਪ੍ਰਸਤ ਮਲਕੀਤ ਰਾਣੀ ਨੂੰ ਜਨਰਲ ਸਕੱਤਰ ਭਾਰਤ ਭੂਸ਼ਣ ਵਰਮਾ ਖਜ਼ਾਨਚੀ ਤੇ ਸ਼ਵਿੰਦਰ ਮਾਲ ਤੇ ਦੇਵ ਖਰੌੜ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਇਸ ਤੋਂ ਇਲਾਵਾ ਕਾਰਜਕਾਰੀ ਮੈਂਬਰਾਂ ਵਜੋਂ ਤਰਸੇਮ ਜੱਸੜ ਰਣਜੀਤ ਬਾਵਾ ਬੱਬਲ ਰਾਏ ਗੁਰਪ੍ਰੀਤ ਕੌਰ ਪੰਗੂ ਰੁਪਿੰਦਰ ਰੂਪੀ ਸੀਮਾ ਕੌਸ਼ਲ ਰਾਜ ਧਾਲੀਵਾਲ ਨਿਸ਼ਾ ਬਾਨੋ ਤਨਵੀ ਨਾਗੀ ਡਾਕਟਰ ਰਣਜੀਤ ਸ਼ਰਮਾ ਪਰਮਜੀਤ ਸਿੰਘ ਪੰਗੂ ਤੇ ਪਰਮਵੀਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਇਸ ਮੌਕੇ ਤੇ ਮੌਜੂਦ ਸਾਰੇ ਕਲਾਕਾਰਾਂ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਉਸਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਇਸ ਹਫ਼ਤੇ ਵੀ ਕੁਝ ਨਵੀਆਂ ਪੰਜਾਬੀ ਫਿਲਮਾਂ ਦੇ ਰਿਲੀਜ਼ ਤੇ ਮਹੂਰਤ ਬਾਰੇ ਜਾਣਕਾਰੀ ਵੱਖ-ਵੱਖ ਫਿਲਮ ਨਿਰਮਾਣਕਾਰਾਂ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਜਿਸ ਵਿੱਚ ਗਿੱਪੀ ਗਰੇਵਾਲ ਤੇ ਤਾਨੀਆ ਨੂੰ ਲੈ ਕੇ ਨਿਰਦੇਸ਼ਕ ਪੰਕਜ ਬੱਤਰਾ ਇੱਕ ਫਿਲਮ ਬਣਾ ਰਹੇ ਹਨ ਜਿਸ ਦੀ ਕਹਾਣੀ ਰਕੇਸ਼ ਧਵਨ ਨੇ ਲਿਖੀ ਹੈ ਇਸ ਫਿਲਮ ਦਾ ਨਾਮਕਰਨ ਹੋਣਾ ਅਜੇ ਬਾਕੀ ਹੈ ਇਸ ਇਲਾਵਾ ਤਰਸੇਮ ਜੱਸੜ ਤੇ ਆਸ਼ੂ ਮਨੀਸ਼ ਸਾਨੀ ਵੱਲੋਂ ਉਦੈ ਪ੍ਰਤਾਪ ਸਿੰਘ ਦੇ ਨਿਰਦੇਸ਼ਨ ਹੇਠ ਮਾਂ ਦਾ ਲਾਡਲਾ ਫਿਲਮ ਅਨਾਊਂਸ ਕੀਤੀ ਗਈ ਹੈ ਜਿਸ ਦੇ ਮੁੱਖ ਸਿਤਾਰੇ ਹੋਣਗੇ ਤਰਸੇਮ ਜੱਸੜ ਤੇ ਨੀਰੂ ਬਾਜਵਾ ਇਹ ਫਿਲਮ 16 ਸਤੰਬਰ 2022 ਨੂੰ ਰਿਲੀਜ਼ ਹੋਣੀ ਤੈਅ ਹੋਈ ਹੈ ਸੁਖ ਸੰਗੇੜਾ ਦੁਆਰਾ ਲਿਖਤ ਨਿਰਦੇਸ਼ਕ ਫਿਲਮ ਮੁੰਡਾ ਸਾਊਥ ਹਾਲ ਦਾ ਵੀ ਦਰਸ਼ਕਾਂ ਨੂੰ ਛੇਤੀ ਵੇਖਣ ਨੂੰ ਮਿਲੇਗੀ ਫਿਲਮ ਮੈਜਿਕ ਵੱਲੋਂ ਨਿਰਮਿਤ ਇਸ ਫਿਲਮ ਵਿੱਚ ਅਮਨ ਬੇਦਲ ਤੇ ਤਨੂ ਗਰੇਵਾਲ ਦੀ ਨੌਜਵਾਨ ਜੋੜੀ ਨਜ਼ਰ ਆਵੇਗੀ ਪ੍ਰਸਿੱਧ ਗਾਇਕ ਤੇ ਐਕਟਰ ਅਮਰਿੰਦਰ ਗਿੱਲ ਵੀ ਆਪਣੇ ਪਲੇਠੇ ਨਿਰਦੇਸ਼ਨ ਹੇਠ ਫਿਲਮ ਛੱਲਾ ਮੁੜ ਕੇ ਨਹੀਂ ਆਇਆ ਲੈ ਕੇ ਆ ਰਿਹਾ ਹੈ ਫਿਲਮ ਲੇਖਕ ਅੰਬਰਦੀਪ ਦੀ ਕਹਾਣੀ ਵਾਲੀ ਇਸ ਫਿਲਮ ਦਾ ਮੁੱਖ ਪਾਤਰ ਅਮਰਿੰਦਰ ਗਿੱਲ ਖੁਦ ਹੋਵੇਗਾ ਹਾਸਰਸ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਮਸ਼ਹੂਰ ਫਿਲਮ ਨਿਰਦੇਸ਼ਕ ਸਮੀਪ ਕੰਗ ਇੱਕ ਹੋਰ ਫਿਲਮ ਨੌਟੀ ਜੱਟਸ 2 ਬਣਾਉਣ ਜਾ ਰਹੇ ਹਨ ਜਿਸ ਦਾ ਨਿਰਮਾਣ ਓਮ ਜੀ ਸਟੂਡੀਓ ਟੌਪ ਨੌਚ ਸਟੂਡੀਓਜ਼ ਤੇ ਸਮੀਪ ਕੰਗ ਪ੍ਰੋਡਕਸ਼ਨ ਵੱਲੋਂ ਕੀਤਾ ਜਾਵੇਗਾ ਕੇਵੀ ਢਿੱਲੋਂ ਦੇ ਨਿਰਮਾਣ ਹੇਠ ਇੱਕ ਹੋਰ ਫਿਲਮ ਚੋਬਰ 21 ਅਕਤੂਬਰ 2022 ਨੂੰ ਰਿਲੀਜ਼ ਕੀਤੇ ਜਾਣ ਦਾ ਐਲਾਨ ਵੀ ਕੀਤਾ ਗਿਆ ਜਿਸ ਵਿੱਚ ਜੈ ਰੰਧਾਵਾ ਤੇ ਦ੍ਰਿਸ਼ਟੀ ਤਾਲਵਾਰ ਦੀ ਜੋੜੀ ਦਰਸ਼ਕਾਂ ਦੇ ਸਨਮੁੱਖ ਹੋਵੇਗੀ ਇਸ ਫਿਲਮ ਦੀ ਕਹਾਣੀ ਪਟਕਥਾ ਧੀਰਜ ਕੇਦਾਰਨਾਥ ਰਤਨ ਤੇ ਮਨੀਲਾ ਰਤਨ ਨੇ ਲਿਖੀ ਹੈ ਪੰਜਾਬ ਦੇ ਜਾਂਬਾਜ਼ ਮੁੱਕੇਬਾਜ਼ ਕੌਰ ਸਿੰਘ ਦੇ ਜੀਵਨ ਤੇ ਆਧਾਰਿਤ ਫਿਲਮ ਪਦਮ ਸ਼੍ਰੀ ਕੌਰ ਸਿੰਘ ਆਉਂਦੇ ਸ਼ੁੱਕਰਵਾਰ ਨੂੰ 22 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਰਜਨ ਅਵਾਰਡ ਜੇਤੂ ਇਸ ਬਾਕਸਰ ਦੀ ਬਾਇਓਪਿਕ ਵਿੱਚ ਕਰਮ ਬਾਠ ਪ੍ਰਭ ਗਰੇਵਾਲ ਰਾਜ ਕਾਕੜਾ ਬਨਿੰਦਰ ਬਨੀ ਮਲਕੀਤ ਰਾਣੀ ਸੁੱਖੀ ਚਾਲ ਸੁਖਬੀਰ ਗਿੱਲ ਗੁਰਪ੍ਰੀਤ ਕੌਰ ਪੰਗੂ ਤੇ ਸੀਮਾ ਕੌਸ਼ਲ ਵਰਗੇ ਕਲਾਕਾਰ ਸ਼ਾਮਲ ਨੇ ਫਿਲਮ ਦੇ ਨਿਰਦੇਸ਼ਕ ਵਿਕਰਮ ਪ੍ਰਧਾਨ ਨਿਰਮਾਤਾ ਕਰਮ ਬਾਠ ਤੇ ਵਿੱਕੀ ਨੂੰ ਇਸ ਫਿਲਮ ਤੋਂ ਭਰਪੂਰ ਆਸਾਂ ਹਨ ਮਨਜੀਤ ਸਿੰਘ ਟੋਨੀ ਤੇ ਗੁਰਮੀਤ ਸਾਜਨ ਦੁਆਰਾ ਬਣਾਈ ਗਈ ਪੰਜਾਬੀ ਫਿਲਮ ਜੱਟਸ ਲੈਂਡ ਵੀ 22 ਜੁਲਾਈ ਨੂੰ ਹੀ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਚਪਾਲ OTT ਤੇ 12 ਅਗਸਤ ਨੂੰ ਨਵੀਂ ਪੰਜਾਬੀ ਵੈਬ ਸੀਰੀਜ਼ ਸ਼ਾਹੀ ਮਾਜ਼ਰਾ ਰਿਲੀਜ਼ ਹੋਵੇਗੀ ਤੇ ਹੁਣ ਇੱਕ ਫਿਲਮੀ ਖਬਰ ਵਿਦੇਸ਼ ਤੋਂ ਨਿਹਾਲ ਨਿਹਾਲ ਪ੍ਰੋਡਕਸ਼ਨ ਵੱਲੋਂ ਆਈ ਰਿਐਲਿਟੀ ਸਟੂਡੀਓ ਵਿੱਚ ਬਣਾਈ ਗਈ ਐਨੀਮੇਸ਼ਨ ਫਿਲਮ ਸੁਪਰੀਮ ਮਦਰਹੁੱਡ ਦ ਜਰਨੀ ਆਫ ਮਾਤਾ ਸਾਹਿਬ ਕੌਰ 18 ਜੁਲਾਈ ਨੂੰ ਬਰਤਾਨੀਆ ਦੀ ਸੰਸਦ ਵਿੱਚ ਵਿਖਾਈ ਜਾ ਰਹੀ ਹੈ ਇਸ ਨਾਲ ਇਹ ਫਿਲਮ ਬਰਤਾਨੀਆ ਦੀ ਸੰਸਦ 'ਚ ਪ੍ਰਦਰਸ਼ਿਤ ਹੋਣ ਵਾਲੀ ਪਹਿਲੀ ਭਾਰਤੀ ਫਿਲਮ ਦੇ ਇਤਿਹਾਸ ਵਜੋਂ ਜਾਣੀ ਜਾਵੇਗੀ ਮਾਤਾ ਸਾਹਿਬ ਕੌਰ ਦੇ ਜੀਵਨ 'ਤੇ ਰੌਸ਼ਨੀ ਪਾਉਂਦੀ ਇਸ ਫਿਲਮ ਦੇ ਡਾਇਰੈਕਟਰ ਕਰਨਦੀਪ ਸਿੰਘ ਹਨ ਅਤੇ ਐਨੀਮੇਸ਼ਨ ਡਾਇਰੈਕਟਰ ਪ੍ਰਸਾਦ ਅਜਗੋਨਕਰ ਅਤੇ ਚਾਰ ਸਾਹਿਬਜ਼ਾਦੇ ਐਨੀਮੇਸ਼ਨ ਫਿਲਮ ਲਈ ਜਾਣਿਆ ਜਾਂਦਾ ਆਈ ਰਿਐਲਿਟੀ ਸਟੂਡੀਓ ਹੈ UN ਐਂਟਰਟੇਨਮੈਂਟ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵੱਲੋਂ 24 ਜੁਲਾਈ ਤੋਂ 31 ਜੁਲਾਈ ਤੱਕ 8 ਦਿਨਾਂ ਸੁਰ ਉਤਸਵ ਮਨਾਇਆ ਜਾ ਰਿਹਾ ਹੈ
इस सुर संगीत मेले में जिते अमृतसर च पैदा हुए कलाकार राजेश खन्ना, महेंद्र कपूर, नरेंद्र चंचल, जसपाल सिंह, सुखविंदर सिंह, विनोद मेहरा, दारा सिंह, जितेंद्र ते मुहम्मद रफी नूं समर्पित गीत पेश किए जाएंगे। उत्थे पंजाब दीआं वख-वख फिल्मी ते संगीतक शख्सियतां नूं रफी रतन अवार्ड नाल सन्मानित भी किया जाएगा। इस 8 रोज़ा सुर उत्सव की सारी रूपरेखा संगीतकार ते गायक हरिंदर सोल वालों तैयार की गई है ते सारे संगीत प्रेमियों नूं इस सुर उत्सव में शामिल होने लई खुला सद्दा दिता जांदा है। बीते शुक्रवार रिलीज़ हुई फिल्म बाजरे दा सिट्टा दा की सिट्टा निकलिया ये जानने लई तुसी साडे पंजाबी स्क्रीन मैगजीन फेसबुक पेज या फिर ऑफिशियल वैबसाइट punjabiscreen.com ते विजिट करके इसकी समीक्षा देख सकते हो। तो एक नज़र बॉलीवुड वल भी। बॉलीवुड फिल्म कैप्सूल गिल विच नज़र आउणगे अक्षय कुमार। अमृतसर तो इंजीनियर जसवंत सिंह गिल की जिंदगी ते आधारित इस बायोपिक फिल्म के निर्माता वासु पगनानी हैं, जिन्ह ने अक्षय कुमार नूं लैके पहला सच्ची कहानी ते आधारित फिल्म बैल बॉटम का निर्माण किया सी ते हुण ओह कैप्सूल गिल की कहानी भी कोल इंडिया लिमिटेड के इंजीनियर जसवंत सिंह गिल की जीवनी ते आधारित है, जिन्हां ने अपनी नौकरी दौरान पछमी बंगाल राणीगंज स्थित कोला खान विच पानी भर जाण कारण फसे 65 मजदूरों एक कैप्सूल की मदद नाल बाहर कढ़िया सी ते उन्हां दे इस बहादरी करतब करके उदों दे राष्ट्रपति श्री आर वेंकट रमन ने उन्हां नूं सर्वोत्तम जीवन रक्षा तगमे नाल सन्मानित किया सी। एक होर बॉलीवुड फिल्म एमरजेंसी भी अजकल चर्चा में है, जिसकी निर्देशका अते लीड अदाकारा बहुचर्चित अभिनेत्री कंगना रनौत है। रितेश शाह की पटकथा ते संवादां वाली इस फिल्म में कंगना रनौत मरहूम प्रधानमंत्री इंदिरा गांधी के किरदार में नज़र आएगी। ये सन बीते हफ्ते दियां फिल्मी खबरां। अगला बुलेटिन लैके अगले हफ्ते नवीं खबरों नाल फिर हाजिर होवांगा। तद तक लई इजाजत दिओ, सत श्री अकाल। ਤੁਹਾਨੂੰ ਸਾਡਾ ਇਹ ਬੁਲੇਟਿਨ ਕਿਸ ਤਰ੍ਹਾਂ ਦਾ ਲੱਗਾ ਕਮੈਂਟ ਕਰਕੇ ਆਪਣੀ ਰਾਏ ਦਿਓ ਅਤੇ ਸਾਡੀ ਪੰਜਾਬੀ ਸਕਿਨ ਐਂਟਰਟੇਨਮੈਂਟ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਡੇ ਪੰਜਾਬੀ ਸਕਿਨ ਮੈਗਜ਼ੀਨ ਦੇ ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ ਪੇਜ ਨੂੰ ਫਾਲੋ ਕਰੋ ਤੇ ਜਾਂਦੇ ਜਾਂਦੇ ਉੱਗੇ ਕਮੇਡੀਅਨ ਸੁਰਿੰਦਰ ਫਰਿਸ਼ਤਾ ਉਫ ਕੁੱਲੇ ਸ਼ਾਹ ਕੋਲੋਂ ਸੁਣਦੇ ਹਾਂ ਕੰਮ ਦੀ ਗੱਲ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਸੁਰਿੰਦਰ ਫਰਿਸ਼ਤਾ ਕੁੱਲੇ ਸ਼ਾਹ। ਅੱਜ ਦੀ ਕੰਮ ਦੀ ਗੱਲ ਇਹ ਹੈ, ਕਈ ਬੰਦੇ ਕਹਿੰਦੇ ਨੇ ਰੱਬ ਹੈ ਹੀ ਨਹੀਂ। ਮੈਂ ਕਹਿੰਦਾ ਜੇ ਰੱਬ ਨਹੀਂ ਤਾਂ ਜ਼ਿਕਰ ਕਿਉਂ, जे रब है तो फिक्र क्यों। रोटी सुकी होवे भावें चोपड़ी, रब खवांदा जरूर है। दिन माड़े होन या चंगे, रब विखांदा जरूर है। रब भी हसांदा है, रब भी रवांदा है, रब भी सवांदा है, रब भी जगांदा है। कहिंदे दौलत हुसन हकूमत दे नशे अंदर चार दिन सरूर जरूर हुंदा है। जेड़ा रब नूं नहीं मनदा, रब उन्ना ही उस तो दूर हुंदा है। कर सकना वा आवे जो चित मेरे, कर सकना वा आवे जो चित मेरे। मूर्ख बंदे नूं एवें गरूर हुंदा है, हथ वस नहीं किसी दे कुछ यारो, हुंदा उही है जो उन्नू मंजूर हुंदा है। उहदी मर्जी तो बगैर पत्ता नहीं हिलदा। सत श्री अकाल।